ਲੁਧਿਆਣਾ ਦੇ ਵਿੱਚ ਚੋਰਾਂ ਦੇ ਵੱਲੋਂ ਜੱਜ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਇਹ ਵੀ ਦੱਸ ਦਈਏ ਕਿ ਲਗਾਤਾਰ ਹੀ ਇਹਨਾਂ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਹੋਏ ਦੇਖੇ ਜਾ ਸਕਦੇ ਨੇ। ਵੱਖ ਵੱਖ ਥਾਵਾਂ ਦੇ ਉੱਪਰ ਵਾਰਦਾਤਾਂ ਨੂੰ ਜ਼ਰੂਰ ਹੀ ਅੰਜਾਮ ਦਿੱਤਾ ਜਾਂਦਾ, ਪਰ ਜੱਜ ਦੀ ਕੋਠੀ ਜਿਹੜੀ ਹੈ, ਜੱਜ ਦੀ ਕੋਠੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਸ਼ਰੇਆਮ ਹੀ ਘਰ ਦਾ ਤਾਲਾ ਤੋੜ ਕੇ ਇਹ ਚੋਰ ਜਿਹੜੇ ਨੇ ਘਰ ਦੇ ਵਿੱਚ ਦਾਖਲ ਹੋ ਜਾਂਦੇ ਨੇ। ਚੋਰੀ ਦੀ ਵਾਰਦਾਤ ਨੂੰ ਇਹਨਾਂ ਦੇ ਵੱਲੋਂ ਅੰਜਾਮ ਦਿੱਤਾ ਜਾਂਦਾ ਤੇ ਜ਼ਰੂਰ ਹੀ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਓਗੇ ਕਿ ਕੁਝ ਜਿਹੜਾ ਇਹਨਾਂ ਚੋਰਾਂ ਦੇ ਵੱਲੋਂ ਚੋਰੀ ਕੀਤਾ ਗਿਆ। ਤਾਂ ਦੱਸ ਦਈਏ ਕਿ 3 ਵੱਖ ਵੱਖ ਕੰਪਨੀਆਂ ਦੇ ਮੋਬਾਈਲ ਫੋਨ, ਇਸ ਦੇ ਨਾਲ ਹੀ 2 ਘੜੀਆਂ ਤੇ ਹੋਰ ਵੀ ਘਰ ਦਾ ਬਹੁਤ ਸਾਰਾ ਸਮਾਨ ਜਿਹੜਾ ਇਹ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ। ਤਾਂ ਇਸ ਪੂਰੇ ਮਾਮਲੇ ਦੀ ਜਾਂਚ ਜਿਹੜੀ ਹੈ ਥਾਣਾ ਸਰਾਭਾ ਨਗਰ ਦੀ ਪੁਲਿਸ ਦੇ ਵੱਲੋਂ ਲਗਾਤਾਰ ਹੀ ਕੀਤੀ ਜਾ ਰਹੀ ਹੈ। ਸੀਸੀਟੀਵੀ ਵੀ ਜਿਹੜੇ ਨੇ ਚੈੱਕ ਕੀਤੇ ਜਾ ਰਹੇ ਨੇ। ਤਾਂ ਜੱਜ ਹਰਸਿਮਰਨਜੀਤ ਕੌਰ ਜਿਹੜੇ ਨੇ ਉਹਨਾਂ ਦੇ ਗਨਮੈਨ ਦੇ ਵੱਲੋਂ ਅੱਗੇ ਇਸ ਬਾਬਤ ਜਾਣਕਾਰੀ ਦਿੱਤੀ ਗਈ ਹੈ ਕਿ 30 ਦਸੰਬਰ ਨੂੰ ਜਿਸ ਵੇਲੇ ਉਹ ਜੱਜ ਦੇ ਘਰ ਜਾਂਦੇ ਨੇ ਤਾਂ ਉਹਨਾਂ ਦੇ ਵੱਲੋਂ ਦੇਖਿਆ ਜਾਂਦਾ ਕਿ ਘਰ ਦਾ ਕਾਫੀ ਸਾਰਾ ਸਮਾਨ ਜਿਹੜਾ ਘਰ ਦੇ ਵਿੱਚ ਨਹੀਂ ਪਿਆ ਹੋਇਆ ਸੀ। ਤਾਂ ਰਾਜਗੁਰੂ ਨਗਰ ਦੇ ਵਿੱਚ, ਲੁਧਿਆਣਾ ਦੇ ਰਾਜਗੁਰੂ ਨਗਰ ਦੇ ਵਿੱਚ ਜੱਜ ਹਰਸਿਮਰਨਜੀਤ ਕੌਰ ਦਾ ਘਰ ਸੀ ਜਿਸ ਨੂੰ ਕਿ ਇਹਨਾਂ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ। ਤਾਂ ਜਿਸ ਵੇਲੇ ਜੱਜ ਨੂੰ ਇਸ ਪੂਰੇ ਮਾਮਲੇ ਦੇ ਬਾਰੇ ਪਤਾ ਲੱਗਾ ਤਾਂ ਉਹਨਾਂ ਦੇ ਵੱਲੋਂ ਇਸ ਬਾਬਤ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਂਦੀ ਹੈ। ਤਾਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਵੀ ਫਿਲਹਾਲ ਤੇ ਲਈ ਇਹ ਕਿਹਾ ਜਾ ਰਿਹਾ ਕਿ ਚੋਰ ਜਿਹੜੇ ਨੇ ਜਲਦ ਹੀ ਕਾਬੂ ਕਰ ਲਿੱਤੇ ਜਾਣਗੇ। ਤਾਂ ਲਗਾਤਾਰ ਹੀ ਦੇਖਿਆ ਜਾ ਸਕਦਾ ਕਿ ਵੱਖ ਵੱਖ ਥਾਵਾਂ ਦੇ ਉੱਪਰ ਤਾਂ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੀ ਜਾਂਦਾ ਹੈ, ਪਰ ਜੱਜ ਦੇ ਘਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ। 3 ਮੋਬਾਈਲ ਫੋਨ ਜਿਹੜੇ ਨੇ ਚੋਰੀ ਕਰ ਲਿੱਤੇ ਜਾਂਦੇ ਨੇ, 2 ਘੜੀਆਂ, ਇਸ ਦੇ ਨਾਲ ਹੀ ਘਰ ਦਾ ਹੋਰ ਵੀ ਸਮਾਨ ਜਿਹੜਾ ਉਹ ਵੀ ਇਹਨਾਂ ਚੋਰਾਂ ਦੇ ਵੱਲੋਂ ਚੋਰੀ ਕਰ ਲਿੱਤਾ ਗਿਆ। ਤਾਂ ਵੱਡੇ ਸਵਾਲ ਖੜ੍ਹੇ ਹੁੰਦੇ ਨੇ ਕਿ ਜੇਕਰ ਜੱਜ ਦਾ ਵੀ ਘਰ ਸੁਰੱਖਿਅਤ ਨਹੀਂ ਹੈ ਤੇ ਹੋਰ ਜਿਹੜੇ ਆਮ ਲੋਕ ਨੇ, ਆਮ ਦੁਨੀਆ, ਉਹਨਾਂ ਦਾ ਕੀ ਕੁਝ ਬਣੇਗਾ। ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਕੀ ਕੁਝ ਕਾਰਵਾਈ ਕੀਤੀ ਜਾਂਦੀ ਹੈ, ਕਦੋਂ ਤੀਕਰ ਇਹਨਾਂ ਚੋਰਾਂ ਨੂੰ ਕਾਬੂ ਕੀਤਾ ਜਾਏਗਾ, ਇਹ ਦੇਖਣਾ ਹੋਵੇਗਾ।